केंद्र के खिलाफ अपनी मांगों को लेकर पिछली 13 फरवरी से किसान सड़कों पर बैठे हुए हैं। वहीं किसानों ने एक सप्ताह पहले 10 मार्च यानी आज देश भर में रेलवे ट्रैक जाम करने का ऐलान किया था। इसी के चलते आज किसान जालंधर कैंट के रेलवे ट्रैक पर बैठ गए हैं, जिसके चलते ट्रेनों में सफर करने वाले राहगीर परेशान हो गए हैं। ਸਲਵਿੰਦਰ ਸਿੰਘ ਜਾਣੀਆ ਕਿਸਾਨ ਨੂਰਸ਼ਗਰ ਜਮਨੀ ਸੂਬਾ ਕੋਟਪੁਰੀ ਦਾ ਬਾਕੀ ਜਾਏ ਅੱਜ ਕਿਸਾਨੋ ਦੁਆਰਾ ਪੰਜਾਬ ਭਰ ਮੇ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ। 12 ਸੇ 4 ਟ੍ਰੇਨੇ ਰੋਕ ਦੀ ਗਈ ਹੈ। ਅਭੀ ਵੀ ਦੇਖਾ ਜਾ ਰਿਹਾ ਹੈ ਕਿ ਪਿੱਛੇ ਆ ਕੇ ਟ੍ਰੇਨ ਰੋਕ ਦੀ ਗਈ ਸੀ, ਅਭੀ ਸਟੇਸ਼ਨ ਕੇ ਉਹ ਐਂਟਰ ਵੀ ਨਹੀਂ ਹੋਈ। ਤੋ ਜੋ ਆਪਕੀ ਮਾਂਗੇ ਉਸਕੋ ਲੈ ਕੇ ਜੋ ਅੰਦੋਲਨ ਹੈ ਉਸਕੋ ਲੈ ਕੇ ਬਤਾ। ਦੇਖੋ ਜਿਹੜੀਆਂ ਅਸੀਂ ਮੰਦੀਆਂ ਜਾਂ ਮੰਗਾਂ ਲਾਗੂ ਕਰਾਉਣ ਵਾਸਤੇ ਜਿਹੜੇ ਉਹ ਅਸੀਂ ਦਿੱਲੀ ਚੱਲੇ ਸਾਂ, ਤੇ ਜਿਹੜਾ 20 ਦੇ ਵਿੱਚ ਸੀ ਸਾਨੂੰ ਜਿਹੜਾ ਧਰਨੇ ਲੱਗੇ ਕਾਲੇ ਕਾਨੂੰਨ ਬਣ ਗਏ, ਉਹਦੇ ਵਿੱਚ 13 ਮਹੀਨੇ ਤੇ 13 ਦਿਨ ਜਿਹੜਾ ਧਰਨਾ ਦਿੱਲੀ ਦੇ ਵਿੱਚ ਚੱਲਿਆ, ਤੇ ਮੋਦੀ ਜੀ ਨੇ ਆਖਿਆ ਵੀ ਮੇਰੀ ਭਗਤੀ 'ਚ ਕਮੀ ਰਹਿ ਗਈ ਆ, ਤੇ ਮੈਂ ਕਿਸਾਨਾਂ ਮਜ਼ਦੂਰਾਂ ਨੂੰ ਜਿਹੜੇ MSP ਬਾਣੀ ਮੈਂ ਦੇ ਨਹੀਂ ਸਕਿਆ, ਤੇ ਜਿਹੜੇ ਕਾਲੇ ਕਾਨੂੰਨ ਬਣ ਗਏ ਆ ਉਹ ਗਲਤ ਤਰੀਕੇ ਨਾਲ ਬਣ ਗਿਆ, ਮੈਂ ਇਹਨਾਂ ਨੂੰ ਰੱਦ ਕਰਦਾ, ਤੇ ਜਿਹੜੇ ਕਿਸਾਨਾਂ ਮਜ਼ਦੂਰਾਂ ਨੂੰ ਫਸਲਾਂ ਦੇ MSP ਜਿਹੜੀ ਆ ਉਹ ਮੈਂ ਦੇਊਂਗਾ। ਨਾਲ ਉਹਨੇ ਆਖਿਆ ਵੀ ਜਿਹੜੇ UP 'ਚ ਪੰਜਾਬ ਹਰਿਆਣੇ 'ਚ ਕਿਤੇ ਵੀ ਜਿਹੜੇ ਕੇਸ ਪਾਏ ਆ ਉਹ ਮੈਂ ਰੱਦ ਕਰਦਾ, ਉਹ ਮੇਰੇ ਤੋਂ ਗਲਤ ਪੈ ਗਏ ਆ। ਨਾਲ ਉਹਨੇ ਆਖਿਆ ਵੀ ਜਿਹੜੇ UP 3 ਦੇ ਵਿੱਚ ਅਜੇ ਮਿਸ਼ਰੇ ਹੋਣਾ 4 ਕਿਸਾਨ ਮਜ਼ਦੂਰ ਤੇ ਇੱਕ ਪੱਤਰਕਾਰ ਵੀ ਉੱਤੇ ਗੱਡੀ ਚੜ ਕੇ ਦਲਦਗੇ ਮਾਰਦੇ ਸੀ, ਉਹਨਾਂ ਨੂੰ ਸਾਹ ਮਿਲੂ ਤੇ ਅਜੇ ਮਿਸ਼ਰੇ ਨਾਲ ਜਿਹੜੀ ਉਹਦੀ ਸਜ਼ਾ ਮਿਲੂ। ਅਜੇ ਮਿਸ਼ਰੇ ਨਹੀਂ ਉਸੇ ਤਰ੍ਹਾਂ ਉਸੇ ਤਰ੍ਹਾਂ ਮੰਤਰੀ ਮੰਡਲ ਦੇ ਬਣੇ, ਆ ਤੁਹਾਡੇ ਵੇਖਣ ਯੋਗ ਆ, ਤੇ ਹੁਣ ਵੀ ਜਿਹੜਾ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਆ। ਉਹਦੇ ਨਾਲ ਹੀ ਆਖੇ ਵੀ ਜਿਹੜਾ 750 ਤੋਂ ਉੱਪਰ ਸ਼ਹੀਦ ਹੋ ਗਿਆ ਉਹਨਾਂ ਨੂੰ ਜਿਹੜਾ ਵਾ ਪਰਿਵਾਰ ਨੂੰ ਰੁਜ਼ਗਾਰ ਮਿਲੂ, ਤੇ ਉਹਨਾਂ ਨੂੰ ਜਿਹੜਾ ਇਨਸਾਫ ਮਿਲੂਗਾ ਪਰਿਵਾਰ ਨੂੰ ਰੁਜ਼ਗਾਰ ਮਿਲੂ। ਪਰ ਉਹਦੇ ਨਾਲ ਇਹਨਾਂ ਅੱਗੇ ਵੀ ਜਿਹੜਾ ਕਿਸਾਨਾਂ ਨੂੰ ਜਿਹੜੇ ਗਲਤ ਤਰੀਕੇ ਨਾਲ ਪ੍ਰਦੂਸ਼ਣ ਐਕਟ ਬਣ ਗਿਆ ਉਹ ਗਲਤ ਬਣ ਗਿਆ, ਤੇ ਅਸੀਂ ਉਹ ਵੀ ਜਿਹੜਾ ਉਹ ਜਿਹੜਾ ਕਾਨੂੰਨ ਉਹ ਵਾਪਸ ਲੈਣੇ ਰੱਖ ਦਿੱਤਾ। ਨਾਲ ਇਹਦਾ ਬਿਜਲੀ ਐਕਟ ਬਣਾਤਾ 2020, ਤੇ ਉਹ ਵੀ ਜਿਹੜਾ ਗਲਤ ਉਹ ਅਸੀਂ ਉਹ ਵਾਪਸ ਲੈਂਦੇ ਹਾਂ, ਤੇ ਜਿਹੜਾ ਸਰਕਾਰੀ ਕਰਨ ਬਿਜਲੀ ਦਫ਼ਤਰ ਉਹ ਪ੍ਰਾਈਵੇਟ ਨਹੀਂ, ਪਰ ਉਹ ਦੇਰ ਦੇ ਬਿਆਨ ਦੇਰ 'ਚ ਧਰਨਾ ਉੱਠ ਕੇ ਆ ਗਿਆ, ਤੇ ਜਿਹੜਾ ਅਸੀਂ ਉਹਦੇ ਮੰਨੀਆਂ ਜਾਂ ਮੰਗਾਂ ਹੋਈ ਤੱਕ ਲਾਗੂ ਨਹੀਂ। 2 ਸਾਲ ਬਾਅਦ ਅਸੀਂ ਜਿਹੜਾ ਫਿਰ ਦਿੱਲੀ ਨੂੰ ਜਗਾਉਣ ਚੱਲੇ ਹਾਂ, ਤੇ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਵਾ ਇਹਨਾਂ ਨੂੰ ਲਾਗੂ ਕਰੋ। ਦੇਖੋ ਉਹਦੇ ਵਾਸਤੇ ਅਸੀਂ 13 ਫਰਵਰੀ ਵੱਡੇ ਜਥੇ ਜਿਹੜੇ ਆ ਹਜ਼ਾਰਾਂ ਟਰੇਡਰ ਟਰਾਲੀਆਂ ਦੇ ਜਿਹੜੇ ਆ ਲੱਖਾਂ ਦੀ ਸੰਗਤ ਜਿਹੜੀ ਉਹ ਚੱਲੀ, ਉਹਨਾਂ ਨੂੰ ਸਿੱਧੂ ਮਾਲਵੀ ਨੇ ਰੋਕਤਾ, ਉਧਰੋਂ ਜਿਹੜਾ ਅਸੀਂ ਹਨੌਰੀ ਵਾਲਾ ਉਧਰ ਰੋਕਤਾ, ਤੇ ਉਧਰ ਦਾਬਾ, ਉਹਨਾਂ ਨੂੰ ਇਕੱਲਾ ਰੋਕਿਆ ਨਹੀਂ ਗਿਆ। ਸਰਕਾਰ ਨੇ ਪਹਿਲਾਂ 10 ਦਿਨ ਜਿਹੜਾ ਰੋਡ ਬੰਦ ਕੀਤੇ, ਉੱਥੇ ਬੈਰੀਗੇਡ ਲਾਏ, ਉੱਥੇ ਲੋਹੇ ਦੇ ਕਿੱਲ ਭਰ ਕੇ ਸੀਮਿੰਟ ਦੀਆਂ ਦੀਵਾਰਾਂ ਬਣਾ ਕੇ ਜਿਹੜਾ ਰਾਹ ਬੰਦ ਕੀਤੇ ਗਏ, ਚਾਹੇ ਉਹ ਇੱਥੇ ਹੀ ਤੇ ਚਾਹੇ ਗਾੜੀ ਨੂੰ ਮਾਰਕੀਟ ਦੇ ਬੁਲਾ ਤੇ ਤੂੰ ਗਾੜੀ ਸਿੰਘੂ ਦੇ ਲਾ ਤੀ। ਦੇਖੋ ਸਰਕਾਰਾਂ ਨੇ ਲੋਕਾਂ ਦਾ ਰਾਹ ਬੰਦ ਕਰਕੇ ਤੇ ਸਾਨੂੰ ਰੋਕਿਆ, ਰੋਕ ਕੇ ਉਹਦੇ ਵਿੱਚ ਇਕੱਲਾ ਰਾਹ ਨਹੀਂ ਰੋਕਿਆ ਵੀ ਜਿਹੜਾ ਤੁਸੀਂ ਰੁਕ ਜਾਓ ਉਹਨਾਂ ਦੇ ਕਿਸਾਨਾਂ ਅਮੀਰਾਂ ਦੇ ਹੱਥੋਂ ਗੈਸ ਹੋ ਗਈ। ਉਹ ਟ੍ਰੇਨ ਤੇ ਸਫ਼ਰ ਕਰ ਰਹੇ ਹੈ, ਉਹ ਲੋਕਾਂ ਦਾ ਕਹਿਣਾ ਹੈ ਕਿ ਟ੍ਰੇਨੇ ਨਹੀਂ ਰੋਕਣੀ ਚਾਹੀਏ ਥੀ, ਰੇਲ ਕਾ ਇਸਮੇ ਕੋਈ ਲੈਣਾ ਦੇਣਾ ਨਹੀਂ, ਅਗਰ ਆਪਕੋ ਪ੍ਰੋਟੈਸਟ ਕਰਨਾ ਹੀ ਥਾ ਆਪ ਗਿਰਾਵ ਕਰਤੇ, ਸੰਸਦ ਕਾ ਕਰਤੇ, ਮੰਤਰੀਓ ਕਾ ਗਿਰਾਵ ਕਰਤੇ, ਲੇਕਿਨ ਉਹਨੇ ਅਬ ਪਰੇਸ਼ਾਨੀ ਹੋ ਰਹੀ ਹੈ। ਹਮਾਰੀ ਬਾਤ ਵੀ ਹੋਈ ਹੈ ਕੁਛ ਪੈਸੰਜਰ ਸੇ, ਉਹ ਕਹਿ ਰਹੇ ਏਕ ਨੇ ਬਤਾਇਆ ਕਿ ਉਨਕੇ ਪਿਤਾ ਜੀ ਕੀ ਤਬੀਅਤ ਖਰਾਬ ਹੈ, ਸ਼ਾਮ ਤੱਕ ਪਹੁੰਚਣਾ ਹੈ, ਅਪਾਇੰਟਮੈਂਟ ਹੈ ਡਾਕਟਰ ਕੇ ਸਾਥ, ਲੇਕਿਨ ਅਭੀ ਜਾਣੇ ਮੇਂ ਸਮੱਸਿਆ ਹੋ ਰਹੀ ਹੈ। ਇੱਧਰ ਦੇਖੋ ਜਿਹੜੀ ਮੈਂ ਗੱਲ ਕਰਦਾ ਪਹਿਲਾਂ ਉਹਦੇ ਕਰਦਾ ਦਾ ਜਵਾਬ ਦਿੰਦਾ ਵੀ ਜਿਹੜਾ ਕਿਸਾਨਾਂ ਮਜ਼ਦੂਰਾਂ ਦੇ ਉੱਥੇ ਛੰਭੂ ਦੇ ਰੋਕ ਕੇ ਅਥਰੂ ਗੈਸ ਸੁੱਟੇ ਗਏ, ਉਹਦੇ ਨਾਲ ਧੂੰਏ ਵਾਲੇ ਬੰਬ ਵਿੱਚ ਪਤਾ ਨਹੀਂ ਉਹਨਾਂ ਦੀ ਕੀ ਭਰਿਆ ਸੀ, ਲੋਹਾ ਬਜਰੀ ਉਹ ਲੋਕਾਂ ਨੂੰ ਫਟਰ ਕੀਤਾ, ਉਹ ਜਿਹੜਾ ਹਜ਼ਾਰਾਂ ਦੇ ਹਿਸਾਬ ਨਾਲ ਉੱਥੇ ਜਿਹੜੇ ਕਿਸਾਨ ਮਜ਼ਦੂਰ ਫਟ ਹੋਏ, ਫਿਰ ਉਹਦੇ ਨਾਲ ਬੁੱਢ ਦੀਆਂ ਗੋਲੀਆਂ ਮਾਰੀਆਂ ਗਈਆਂ ਜਿਹਦੇ ਨਾਲ ਸ਼ੁਭ ਕਰਨ
ਵੀਰ ਸ਼ਹੀਦ ਵੀ ਹੋਇਆ ਉਹ ਵੇਖੋ ਜਿਹੜਾ ਅਸੀਂ ਤਾਂ ਦਿੱਲੀ ਚੱਲੇ ਅਸੀਂ ਤਾਂ ਰਾਹ ਜੋ ਰੋਕਦੇ ਨੀ ਅਸੀਂ ਤਾਂ ਜੰਤਰ ਮੰਤਰ ਤੇ ਚੱਲੇ ਹਾਂ ਆਹ ਜਿਹੜਾ ਸਾਡਾ ਰੋਕਣ ਦਾ ਰਾਹ ਮਤਲਬ ਥੋੜਾ ਵਾ ਅਸੀਂ ਤਾਂ ਰੋਕਣਾ ਚਾਹੁੰਦੇ ਨੀ ਪਰ ਸਰਕਾਰ ਜਬਰ ਕਰਕੇ ਰੁਕਾਉਂਦੀ ਆ ਤੁਸੀਂ ਦੱਸੋ ਵੀ ਜਿਹੜੀ ਐਮ ਐਸ ਪੀ ਮੰਗਦੇ ਆ ਜਾਂ ਸਮਾਨੀ ਦਸ ਰਿਪੋਰਟ ਮੰਗਦੇ ਆ ਉਹ ਕਿਸਾਨਾਂ ਦੀ ਇਕੱਲੀ ਆ ਐਮ ਐਸ ਪੀ ਦੇ ਕੀ ਆ ਉਹ ਸਮਝਣ ਵਾਲੀ ਗੱਲ ਆ ਹਰੇਕ ਤਾਕਰ ਉਹਨੇ ਕੀ ਆ ਵੀ ਹੁਣ ਕਣਕਾਂ ਵਿਕਦੀ ਐਮ ਐਸ ਪੀ ਦੇ 2200 ਨੂੰ ਕਿਸਾਨ ਦੀ ਵਿਕਦੀ ਆ ਤੇ 2500-2600 ਨੂੰ ਜਿਹੜਾ ਖਪਤਕਾਰ ਉਹ ਆਪਦੇ ਘਰੇ ਲੈ ਜਾਂਦਾ ਇਹਨਾਂ ਵੱਧ 2400 ਦਾ ਤੇ ਜਿਹੜਾ ਝੋਨਾ ਵਾ ਉਹ ਕਿਸਾਨ ਦਾ 2200 ਨੂੰ ਵਿਕਦਾ ਤੇ ਖਪਤਕਾਰ ਦੇ ਚੌਲ ਜਿਹੜੇ ਪਤੀਲੇ 35 ਰੁਪਏ ਦਾ ਮੈਂ ਉੱਥੇ ਆਉਣਾ ਵੇਖੋ ਇਹ ਹਰੇਕ ਦੀ ਲੜਾਈ ਜੇ ਐਮ ਐਸ ਪੀ ਨਹੀਂ ਤੁਹਾਡੇ ਸਾਹਮਣੇ ਪਿਆਜ਼ ਆ ਕਿਸਾਨ ਦੇ 5 ਰੁਪਏ ਖੇਤ ਚੋਂ ਵਿਕਦਾ ਤੇ ਜਦੋਂ ਪਤੀਲੇ ਤੱਕ ਖਪਤਕਾਰ ਦੇ ਜਾਂਦਾ 100 ਰੁਪਏ ਜਾਂਦਾ ਆ ਗਾਜਰ ਕਿਸਾਨ ਦੇ 5 ਰੁਪਏ ਵਿਕਣ ਦੀ ਤੇ ਜਿਹੜਾ ਜਦੋਂ ਖਪਤਕਾਰ ਨੇ ਲੈਣੀ ਆ ਉਹਦੇ 50 ਰੁਪਏ ਕਿਲੋ ਅਸੀਂ ਕਹਿੰਦੇ ਐਮ ਐਸ ਪੀ ਹੋਵੇ ਤੇ 50-40 ਰੁਪਏ ਦਾ ਫਜ਼ਲ ਫਰਕ ਹੋਵੇ ਤੇ ਲੋਕ ਜਿਹੜੇ ਉੱਜੜ ਨਾ ਤੁਸੀਂ ਦੇਖੋ ਕੀ ਹਾਲ ਆ ਜਿਹੜਾ ਖਪਤਕਾਰ ਆ ਉਹ ਵੀ ਦੇਸ਼ ਛੱਡ ਕੇ ਭੱਜਣ ਦਿਆ ਵੀ ਮਹਿੰਗਾਈ ਜ਼ਿਆਦੀ ਤੇ ਬਣਦਾ ਕੁਛ ਨੀ ਆਹ ਜਿਹੜੀ ਤੁਸੀਂ ਗੱਲ ਕੀਤੀ ਆ ਰੇਲਾਂ ਦੀ ਰੇਲਾਂ ਦਾ ਸਾਡਾ ਮਤਲਬ ਨੀ ਆ ਵੇਖੋ ਬੜੇ ਦਿਨਾਂ ਦੀ ਕਾਲ ਦਿੱਤੀ ਆ ਪਰ ਸਰਕਾਰ ਸਮਝੋ ਚਾਹੀਦੇ ਚੱਲੇ 6 ਮਹੀਨਾ ਜੰਤਰ ਮੰਤਰ ਤੇ ਸਾਨੂੰ ਇਹ ਰੋਕੇ ਵੀ ਬਾਰਡਰਾਂ ਦੇ ਤੇ ਤੁਸੀਂ ਜੰਤਰ ਮੰਤਰ ਵੀ 6 ਮਹੀਨਾ ਨਹੀਂ ਬਹਿ ਸਕਦੇ ਤੇ ਉਹਨਾਂ ਜਿਹੜੀ ਜਦੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਫਿਰ ਅਸੀਂ ਰੇਲਾਂ ਤੇ ਆਏ ਹਾਂ ਵੇਖੋ ਜਿਹੜੇ ਯਾਤਰੀ ਖਰਾਬ ਹੁੰਦੇ ਆ ਇਹਦਾ ਕਾਰਨ ਸਰਕਾਰ ਆ ਜੇ ਨਹੀਂ ਕਾਰਨ ਤੇ ਸਾਨੂੰ ਦੱਸ ਦਿਓ ਅਸੀਂ ਤੇ ਸੜਕੋ ਸੜਕੀ ਜਾ ਰਹੇ ਹਾਂ ਤੇ ਅਸੀਂ ਜਿਹੜਾ ਪ੍ਰਧਾਨ ਜੀ ਤੁਸੀਂ ਲੋਕਾਂ ਨਾਲ ਗੱਲ ਕਰਕੇ ਦੇਖਦੇ ਜਿਹੜੇ ਪੈਸੇਂਜਰ ਨੇ ਟ੍ਰੇਨ 'ਚ ਸਫ਼ਰ ਕਰ ਰਹੇ ਨੇ ਉਹ ਕਹਿ ਰਹੇ ਨੇ ਕਹਿੰਦੇ ਕਿ ਕਿਸਾਨ ਇਹ ਸਹੀ ਨਹੀਂ ਕਰ ਰਹੇ ਆ ਅਗਰ ਇਹਨਾਂ ਨੇ ਪ੍ਰੋਟੈਸਟ ਕਰਨਾ ਆ ਤੇ ਮੰਤਰੀਆਂ ਦੇ ਘਰ ਦਾ ਘੇਰਾਵ ਕਰਨ ਚਾਹੇ ਸੰਸਦ ਦਾ ਕਰਨ ਜਾਂ ਪੰਜਾਬ ਸਰਕਾਰ ਕੋਲ ਜਾਣ ਲੇਕਿਨ ਸਾਨੂੰ ਖੱਜਲ ਨਾ ਕਰਨ ਜਿਹੜਾ ਦੇ ਕਿਸਾਨ ਆ ਮਜ਼ਦੂਰ ਆ ਜਿਹੜਾ ਕਿਸੇ ਕਿਸੇ ਨਾਲ ਜੁੜਿਆ ਉਹ ਨਹੀਂ ਇਹ ਗੱਲ ਆਉਂਦਾ ਵੀ ਇਹਦਾ ਰੋਕ ਕੇ ਖਰਾਬ ਕੀਤਾ ਰੋਕ ਕੇ ਕਿਹੜੇ ਆਉਂਦੇ ਆ ਜਿਹੜੇ ਪੋਲੀਟੀਕਲ ਪਾਰਟੀਆਂ ਨਾਲ ਜੁੜੇ ਆ ਜਾਂ ਕਿਸੇ ਰਕਮ ਦੀ ਪਾਰਟੀ ਜੁੜੀ ਆ ਉਹ ਆਉਂਦੇ ਆ ਇਹਨਾਂ ਦੇ ਬਹੁਤ ਛੱਡੇ ਆ ਆਹ ਸ਼ੰਭੂ ਬਾਰਡਰ ਤੇ ਵੇਖਿਆ ਖਨੌਰੀ ਬਾਰਡਰ ਤੇ ਵੇਖਿਆ ਹਰਿਆਣੇ ਵਾਲੇ ਜਿਹੜੇ ਮੁਲਾਜ਼ਮ ਆਣ ਕੇ ਗਦਰ ਪਾ ਕੇ ਖਾਲਸਾ ਦੇ ਨਾਰੇ ਲਾਉਂਦੇ ਕਿਸਾਨਾਂ ਵਿੱਚ ਥੋੜਾ ਲਾਏ ਜਿਹੜੇ ਉੱਤਰ ਪੱਠਾ ਬਹੁਤ ਮਾਰੇ ਆ ਉੱਥੇ ਫੜੇ ਵੀ ਆ ਉਹ ਕਿਸਾਨ ਵੀ ਤੂੰ ਥੋੜਾ ਹੈ ਉਹ ਤੇ ਉਹਨਾਂ ਦੇ ਹਰਿਆਣੇ ਆਪਦੇ ਪੁਲਿਸ ਦੇ ਮੁਲਾਜ਼ਮੀ ਉਹਨੇ ਛੱਡੇ ਆ ਵੇਖੋ ਇਹ ਨਾ ਇਹ ਗੱਲ ਕਿਸਾਨ ਮਜ਼ਦੂਰ ਆਂਦਾ ਕਿਸਾਨ ਮਜ਼ਦੂਰ ਤੇ ਆਖਣ ਰਿਹਾ ਵੀ ਜੇ ਇੱਥੇ ਮਿਲ ਜੇ ਸਾਰਾ ਕੁਛ ਤੇ ਸਾਨੂੰ ਬਾਹਰਲੇ ਮੁਲਖਾਂ ਜਾਣ ਦੀ ਲੋੜ ਆ ਜੇ ਕਿਸਾਨ ਮਜ਼ਦੂਰ ਆਂਦੇ ਹੋਣ ਤੇ ਜਿਹੜਾ ਲੱਖਾਂ ਦੀ ਗਿਣਤੀ 'ਚ ਬਾਰਡਰਾਂ ਤੇ ਹਲਕੇ ਉਹ ਕੌਣ ਮਤਲਬ ਤੁਹਾਡੇ ਹਿਸਾਬ ਨਾਲ ਸਹੀ ਅੰਦੋਲਨ ਆ ਅਸੀਂ ਨਹੀਂ ਆਂਦੇ ਸਹੀ ਇਹ ਕਿਸਾਨ ਮਜ਼ਦੂਰ ਵਿਹਲੇ ਥੋੜਾ ਵਾ ਬਿਲਕੁਲ ਕਮਾਲੇ ਆ ਇਹਨਾਂ ਨੂੰ ਕੀ ਹਾਲ ਹੈ ਘਰਾਂ 'ਚ ਪਰਿਵਾਰ ਹੈ ਨਹੀਂ ਪਰਿਵਾਰ ਪਾਲਣਾ ਬੜਾ ਔਖਾ ਮਹਿੰਗਾਈ ਬੜੀ ਆ ਪਰ ਸਰਕਾਰ ਜਬਰ ਭਾਉਣ ਲਈ ਕੀ ਕਰੋ ਜੇ ਹੁਣ ਬੰਬ ਸੁੱਟ ਕੇ ਤੁਹਾਨੂੰ ਸ਼ਹੀਦ ਕਰਨਾ ਸ਼ੁਰੂ ਕੋਈ ਮਾਰਨਾ ਸ਼ੁਰੂ ਕਰ ਦੂ ਤੇ ਤੁਸੀਂ ਕੀ ਕਰੋਗੇ ਜੇ ਤੁਹਾਡੀ ਆਵਾਜ਼ ਦਿੱਲੀ ਤੱਕ ਨਹੀਂ ਪਹੁੰਚਣ ਦਿੰਦੀ ਖਤਮ ਸਰਕਾਰ ਨਹੀਂ ਪਹੁੰਚਣ ਦਿੰਦੀ ਤੇ ਤੁਸੀਂ ਕਿੱਦਾਂ ਆਵਾਜ਼ ਪਹੁੰਚਾਓ ਇਹ ਆਵਾਜ਼ ਪਹੁੰਚਾਉਣ ਦਾ ਦੱਸਿਆ ਤੇ ਬਿਆਨ ਦਿੱਤੇ ਪਹਿਲਾਂ ਵੀ ਅਸੀਂ ਪੰਜਾਬ 'ਚ ਹਰਿਆਣੇ ਸਾਰੇ ਥਾਂ ਦੇ ਰੇਲਾ ਚੁੱਕਾਂ ਰੋਕਾਂਗੇ ਤੇ ਜਿਹਨੇ ਜਾਣਾ ਜਾਂ ਪਹਿਲਾਂ ਚੱਲ ਜੇ ਨਹੀਂ ਤਾਂ ਸਾਡੀ 4 ਘੰਟੇ ਸਾਡੀ ਗੱਲ ਪੱਕੀ ਅਸੀਂ ਪਹਿਲਾਂ ਪੂਰਾ ਬਿਆਨ ਦਿੱਤਾ ਪਰ ਜਿਹੜੇ ਤੁਹਾਨੂੰ ਦੱਸਦਾ ਜਿਹੜੇ ਉਹ ਪੋਲੀਟੀਕਲ ਪਾਰਟੀ ਹੈ ਜਿਹੜੀ ਆਣ ਕੇ ਆਉਂਦੇ ਆ ਉਹ ਕਿਸਾਨ ਵੀ ਨਹੀਂ ਹੈ ਜਲੰਧਰ ਸੇ ਪਰਮਜੀਤ ਸਿੰਘ ਕੀ ਰਿਪੋਰਟ ਕੈਮਰਾਮੈਨ ਯੁਗਮਾਰਕ ਟੀਵੀ